मैं इन्ने चावान नाल ब्याह किता मेरे पुत्त दा, एक लैणी साडे घरे कित्थों आ गई, सारा लुट के लै गई सानू, साडे घरवार नू किन्ने चावान नाल अपने पुत्त नू ब्याहिया सी। मैं 1.5 साल हो गया फोन लाउंदे नू, मेरा फोन नहीं चक रही। मैं इनू अपनी कुड़ी बना के रखिया क्योंकि मेरे घर कुड़ी नहीं सी, नहीं मैं हुण इनू अपनी नू नू नहीं कह सकदी। ये जिहड़ी आ लड़की है, हाँ जी, दमनप्रीत कौर, इस दे बड़े चावां नाल असीं अपने पुत्ते दा विआह इहदे नाल कीता सी। पर ये लड़की नू तुसीं सारे ध्यान नाल देख लो, ये ब्रैमटन 'च रहिंदी है, कैनेडा, ठीक है। ये किसी भी मुंडे नू धोखा दे सकदी है, बचो इस कुड़ी तो। इस कुड़ी ने मेरे पुत्त दा घर पटता, धोखा दे के उनू चली गई है। गलबात ब्याह असीं ब्याह 2-3 साल पहला बड़े चावां नाल इहदा कीता सीगा, बहुत चाह लाड़ लड़ने का ब्याह किया, हरेक चाह लाड़ मैं इस लड़की का पूरा किया। और मैं इनू अपनी कुड़ी बना के रखिया क्योंकि मेरे घर कुड़ी नहीं सी, मैं अपनी मतलब कुड़ी बना के इनू लैके आई सी, पर ये इसके काबिल नहीं। मैं हुण इनू अपनी नू नू नहीं कह सकती, नू नहीं हैगी ये, ये बहुत मतलब कुड़ी जिवें आपां कह दिए बेईमान धोखेबाज कुड़ी है ये। मैं इनू मतलब कि चैटिंग ते भी वो करती सी व्हाट्सएप ते, पर ये कोई मेरा वो नहीं करती सी, रिप्लाई नहीं सी दिंदी, कुछ भी नहीं सी कहिंदी। पता नहीं जी क्यों नहीं गलबात कर रही, इहदे मन विच की है, की धोखा देना चाहुंदी, इह धोखा ही दित्ता जानी कि मेरा इस टाइम मतलब बेटा जिहड़ा है पूरा, इहदे जदों इहदे कोल गया ते कैनेडा, ते इहनें मतलब कि इहनूं मुंडे नूं अपने कोल नहीं इनकार करता, कहिंदी मैं तैनूं 911 ते फोन करके पुलिस बुला दूंगी, ठीक है। ते उस तों बाद मेरा बेटा उत्थों चलिया गया, ते मेरे बेटे ने सानूं दस्सिया, सानू बहुत और लग्या क्योंकि सानू बिल्कुल नहीं सी पता भी बिल्कुल इन्हें एट ए टाइम ते यह जा कुछ करना, नहीं सानू इंसाफ मिले, ठीक है। हाँ जी यही बेनती है बस जी, सानू इंसाफ मिलना चाहिए, ये कुड़ी तो बचो, बस इनू ध्यान नाल देखो, ये बहुत धोखेबाज कुड़ी है, बचो इस तो, बेईमान लड़की है ये बहुत ज्यादा। मेरा नाम सुखजिंदर सिंह, सन ऑफ सरदार गुरमीत सिंह, पिंड बनवौरा। मैं आपके बेटे की शादी की 24/1/2021। ਉਹ ਸ਼ਾਦੀ ਦੇ ਵਿੱਚ ਸਾਡਾ ਜੋ ਕੰਟੈਕਟ ਸੀ ਉਹਨਾਂ ਨਾਲ, ਕੰਟੈਕਟ ਮੈਰਿਜ ਨਹੀਂ ਸੀ, ਅਰੇਂਜ ਮੈਰਿਜ ਸੀਗੀ, ਕੋਰਟ ਮੈਰਿਜ ਹੋਇਆ, ਸਾਰਾ ਕੁਝ ਹੋਇਆ, ਇੱਕ ਨੰਬਰ 'ਚ ਅਸੀਂ ਸਾਰਾ ਵਿਆਹ ਕੀਤਾ, ਸਾਰੇ ਵਿਆਹ 'ਤੇ ਪੈਸੇ ਜੋ ਉਹਨੇ ਮੈਂ ਖਰਚ ਕੀਤੇ। ਕੁੜੀ ਦਾ ਨਾਂ ਹੈਗਾ ਦਮਨਪ੍ਰੀਤ ਕੌਰ, ਉਹਦੇ ਫਾਦਰ ਦਾ ਨਾਂ ਹੈਗਾ ਅਰੀਜੀਤ ਸਿੰਘ। ਤਕਰੀਬਨ 38 ਲੱਖ ਰੁਪਇਆ ਅਸੀਂ ਖਰਚ ਕਰਕੇ ਕੁੜੀ ਕੈਨੇਡਾ ਭੇਜੀ, ਉਹ ਕੁੜੀ ਸਾਥੋਂ ਸਾਰੇ ਪੈਸੇ ਲਵਾ ਕੇ ਲਾਸਟ ਸਮੈਸਟਰ ਦੀ ਫੀਸ ਭਰਾ ਕੇ ਸਾਰਾ ਕੁਝ ਕਰਕੇ ਸਾਨੂੰ ਸਾਰੇ ਪਰਿਵਾਰ ਨੂੰ ਧੋਖਾ ਦੇ ਗਈ, ਮੇਰੇ ਬੇਟੇ ਨੂੰ ਧੋਖਾ ਦੇ ਗਈ, ਨੂੰਹ ਮੇਰੀ ਦਮਨਪ੍ਰੀਤ ਕੌਰ, ਅਤੇ ਉਹ ਕੈਨੇਡਾ ਜਾ ਕੇ ਉਹਨੇ ਸਾਡੇ ਫੋਨ ਬਲੌਕ ਕਰਦੇ, ਸਾਡਾ ਫੋਨ ਵੀ ਨਹੀਂ ਚੱਕਦੇ। ਇਸ ਕਰਕੇ ਮੇਰੀ ਮਾਤਾ ਬਹੁਤ ਡਿਪਰੈਸ਼ਨ 'ਚ ਨੇ, ਉਹਨਾਂ ਨੂੰ ਬ੍ਰੇਨ ਕਲੋਟ ਦੇ ਆ ਗਿਆ, ਇਸ ਕਰਕੇ ਮੇਰੀ ਜਿਹੜੀ ਵਾਈਫ ਹੈ ਉਹ ਵੀ ਮੈਂਟਲੀ ਅਪਸੈਟ ਨੇ। ਬੇਟਾ ਮੇਰਾ ਆਪਦਾ ਐਫਰਟ ਕਰਕੇ ਉਸ ਤੋਂ ਬਾਅਦ ਉਹ ਕੈਨੇਡਾ ਚਲਿਆ ਗਿਆ ਸੀਗਾ ਜੀ। ਕੁੜੀ ਦੇ ਪਰਿਵਾਰ ਵਾਲਿਆਂ ਨਾਲ ਕੋਈ ਗੱਲਬਾਤ ਕਰਨ ਦੀ? ਕੁੜੀ ਦੇ ਪਰਿਵਾਰ ਵਾਲਿਆਂ ਨਾਲ ਅਸੀਂ ਮੋਹਤਬਾਰ ਬੰਦੇ ਲੈ ਕੇ ਜੀ ਅਸੀਂ 3 ਵਾਰੀ ਗਏ ਹਾਂ। ਪਹਿਲਾਂ ਜਦ ਪਹਿਲੀ ਵਾਰ ਗਿਆ ਅਸੀਂ ਉਹਨਾਂ ਦੀ ਦੁਕਾਨ 'ਤੇ ਗਏ ਸੀਗੇ ਸਰਦਾਰ ਅਰੀਜੀਤ ਸਿੰਘ ਕੋਲ, ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀਗਾ ਵੀ ਜੋ ਤੁਹਾਡੇ ਪੈਸੇ ਲੱਗੇ ਨੇ ਮੈਂ ਤੁਹਾਡੇ ਸਾਰੇ ਮੋੜ ਦਾਂਗਾ, ਪਰ ਮੈਨੂੰ 15 ਦਿਨ ਦਾ ਟਾਈਮ ਦੇ ਦਿਓ। ਉਸ ਤੋਂ ਬਾਅਦ ਜਦ ਅਸੀਂ 6 ਜਣੇ ਤਕਰੀਬਨ 6-7 ਜਣੇ ਅਸੀਂ ਫਿਰ ਗਏ ਹਾਂ 15 ਦਿਨਾਂ ਬਾਅਦ, ਉਹ ਸਾਨੂੰ ਕਹਿਣ ਲੱਗਿਆ ਵੀ ਮੇਰਾ ਇਹਦੇ ਵਿਸ਼ੇ ਨਾਲ ਕੋਈ ਲੈਣ ਦੇਣ ਨਹੀਂ, ਮੈਂ ਵਿਆਹ ਕਰਨਾ ਅਤੇ ਮੈਂ ਠੱਗੀ ਲਾਉਣੀ ਤਾਂ ਲਾਤੀ, ਜਿਹੜਾ ਕੁਛ ਕਰਨਾ ਤੁਸੀਂ ਕਰ ਲਓ, ਅਤੇ ਨਾ ਮੇਰੇ ਕੋਲ ਪੈਸਾ, ਕੁੜੀ 'ਤੇ ਜਿਹੜੀ ਕਾਰਵਾਈ ਕਰਨੀ ਕਰ ਲਓ। ਪ੍ਰਸ਼ਾਸਨ ਅਧਿਕਾਰੀਆਂ ਨਾਲ ਜੀ ਅਸੀਂ ਫਿਰ ਮੈਂ ਟੈਨਸ਼ਨ 'ਚ ਚਲਿਆ ਗਿਆ ਸੀਗਾ, 10 ਦਿਨ ਮੈਂ ਅਪਸੈਟ ਰਿਹਾ ਜੀ। ਫਿਰ ਮੈਂ ਉਹ ਤੋਂ ਬਾਅਦ 16/3/2023 ਨੂੰ SSP ਸਾਹਿਬ ਮਲੇਰਕੋਟਲਾ ਨੂੰ ਦਰਖਾਸਤ ਦਿੱਤੀ ਜੀ, ਅਤੇ ਉਹ ਦਰਖਾਸਤ ਦਿੱਤੀ, ਉਸ ਤੋਂ ਬਾਅਦ ਸਾਡਾ ਜੀ ਉਹਨਾਂ ਨੇ DSP ਅਮਨਗੜ੍ਹ ਜੀ ਨੂੰ ਮਾਰ ਕਰਤੀ ਸੀਗੀ। ਜਿਹੜਾ ਇਹ ਪਰਚਾ ਹੋਇਆ ਅਰੀਜੀਤ ਸਿੰਘ ਅਤੇ ਦਮਨਪ੍ਰੀਤ ਕੌਰ 'ਤੇ, ਜਿਹੜੀ ਉਹਦੀ ਮਾਂ ਰਣਜੀਤ ਕੌਰ ਸਭੀ ਜੀ ਨੇ ਨਾਲ ਵਿੱਚ, ਉਹਨਾਂ ਨੂੰ ਐਡ ਕੀਤਾ ਜਾਵੇ ਕਿਉਂਕਿ ਜੋ DSP ਹੈੱਡਕੁਆਰਟਰ ਸਾਹਿਬ ਨੇ ਉਹਨਾਂ 'ਤੇ ਤਿੰਨਾਂ 'ਤੇ ਹੀ ਪਰਚੇ ਦੀ ਸਿਫਾਰਸ਼ ਕੀਤੀ ਸੀਗੀ, DSP ਹੈੱਡਕੁਆਰਟਰ ਮਲੇਰਕੋਟਲਾ ਜੀ। ਅਸੀਂ ਪੂਰੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਤੀਜਾ ਜਿਹੜੀ ਰਣਜੀਤ ਕੌਰ ਸਭੀ ਆ ਸਾਰੀ ਗੇਮ ਘੁਬਾਉਣ ਵਾਲੀ ਉਹ ਹੈ, ਸਾਨੂੰ ਉਹਨਾਂ ਨੇ ਵਿਸ਼ਵਾਸ 'ਚ ਲੈ ਕੇ ਸਾਰਾ ਕੁਛ ਕਰਕੇ ਸਾਨੂੰ ਉਹਨਾਂ ਨੇ ਲੁੱਟ ਲਿਆ, ਮੇਰੀ ਸਾਰੀ ਜ਼ਮੀਨ ਜਾਇਦਾਦ ਵਿਕ ਗਈ, ਔਨ ਰਿਕਾਰਡ ਮੇਰੇ ਕੋਲ ਪ੍ਰੂਫ ਰਜਿਸਟਰੀਆਂ ਨੇ ਜੀ। ਅਤੇ ਹੁਣ ਅਸੀਂ ਉਦੋਂ ਬਾਅਦ ਜੇ ਮੇਰੇ ਬੇਟੇ ਨੂੰ ਉੱਧਰ ਕੁਛ ਹੁੰਦਾ ਜਾਂ ਮੇਰਾ ਬੇਟਾ ਕੁਛ ਕਰਦਾ ਅੱਕ ਕੇ, ਤਾਂ ਉਹਦਾ ਸਾਰਾ ਜ਼ਿੰਮੇਵਾਰ ਦਮਨਪ੍ਰੀਤ ਕੌਰ,
ਉਹਦੀ ਮਦਰ ਰਣਜੀਤ ਕੌਰ ਸਵੀ ਅਤੇ ਉਹਦਾ ਬਾਪ ਅਰਿਜੀਤ ਸਿੰਘ ਉਹ ਜ਼ਿੰਮੇਵਾਰ ਹੋਣਗੇ ਕਿਉਂਕਿ ਉਹਨਾਂ ਨੇ ਸਾਨੂੰ ਬਿਲਕੁਲ ਕੋਆਪਰੇਟ ਨਹੀਂ ਕੀਤਾ। ਹੁਣ ਵੀ ਮੈਨੂੰ ਧਮਕੀਆਂ ਦੇ ਰਹੇ ਨੇ ਵੀ ਜਿਹੜਾ ਕੁਛ ਕਰਨਾ ਤੂੰ ਕਰ ਲੈ।